ਸਾਰੇ ਨੂੰ ਸਤਿ ਸ਼੍ਰੀ ਅਕਾਲ। ਮੇਰੇ ਨਾਲ ਜੁੜ ਚੁੱਕੇ ਹਨ ਦਲਬੀਰ ਤੇ ਉਹਨਾਂ ਦੀ ਵਾਈਫ ਟੋਰਾਂਟੋ ਤੋਂ, ਤੇ ਨਾਲ ਸੁਖਮਨ ਵੀ ਜੁੜੇ ਹੋਏ ਆ ਵੈਨਕੂਵਰ ਤੋਂ, ਜਿਨ੍ਹਾਂ ਨੇ ਹੈਲਪ ਕੀਤੀ ਇਹਨਾਂ ਦੀ ਐਪਲੀਕੇਸ਼ਨ ਦੇ ਬਾਰੇ। ਸੁਖਮਨ ਦੱਸੋ ਜਰਾ ਕੁਝ, ਐਕਸਰੇ ਦੱਸੋ ਇਹਨਾਂ ਦੀ ਕੀ ਐਪਲੀਕੇਸ਼ਨ ਵਿੱਚ ਪ੍ਰੋਬਲਮ ਸੀ, ਕਿੱਦਾਂ ਮਿਲਿਆ ਸਕਸੈਸ? ਸਭ ਤੋਂ ਪਹਿਲਾਂ ਸਰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਜਿਹੜੇ ਇਸ ਵੀਡੀਓ ਨੂੰ ਸੁਣ ਰਹੇ ਉਹਨਾਂ ਸਾਰਿਆਂ ਨੂੰ ਵੀ। ਸਰ ਇਹਨਾਂ ਦੇ ਮਤਲਬ ਇਹ ਦਲਬੀਰ ਜੀ ਆਪਣੇ ਕੋਲ ਆਏ ਸੀ ਅੱਜ ਤੋਂ ਮੇਰੇ ਖਿਆਲ ਢਾਈ ਕੁ ਮਹੀਨੇ ਪਹਿਲਾਂ ਆਏ ਸੀ ਆਪਣੇ ਕੋਲ, ਤੇ ਇਹਨਾਂ ਦਾ ਰਿਫਿਊਜ਼ ਹੋ ਚੁੱਕਿਆ ਸੀ ਇੱਕ ਵਾਰ, ਤੇ ਇਹਨਾਂ ਨੇ ਜਲੰਧਰ ਤੋਂ ਆਪਣੀ ਫਾਈਲ ਲਗਵਾਈ ਸੀ, ਤੇ ਜਿਹੜਾ ਉਹਦੇ ਵਿੱਚ ਰੀਜ਼ਨ ਸੀ ਉਹ ਹੀ ਕਿ ਮਤਲਬ ਤੁਹਾਡੀ ਜਿਹੜੀ ਮੈਰਿਜ ਆ, ਤੁਹਾਡਾ ਰਿਲੇਸ਼ਨ ਜਿਹੜਾ ਉਹ ਜੈਨੂਇਨ ਨਹੀਂ ਆ, ਤੇ 205 C2 ਲੱਗਾ ਸੀ। ਤੇ ਇਹਨਾਂ ਦੇ ਮਤਲਬ ਉਸ ਟਾਈਮ ਜਿਹੜਾ ਕੰਸਲਟੈਂਟ ਸੀ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਸੀ ਕਿ ਸ਼ਾਇਦ ਤੁਸੀਂ ਆਪਣੀ ਵਾਈਫ ਨੂੰ ਇੱਥੇ ਬੁਲਾਓ, ਇੱਕ ਵਾਰ ਘੁੰਮੋ ਫਿਰੋ, ਕਿਤੇ ਜਾਓ ਟ੍ਰਿਪ ਟੂਰ ਤੇ ਉਸ ਤੋਂ ਬਾਅਦ ਦੁਬਾਰਾ ਜਿਹੜਾ ਵਾ ਫਿਰ ਅਪਲਾਈ ਕਰਾਂਗੇ, ਉਸ ਤੋਂ ਪਹਿਲਾਂ ਆਪਾਂ ਨੂੰ ਕੋਈ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਆ। ਮੈਮ ਇਸ ਤਰ੍ਹਾਂ ਹੀ ਸੀ ਨਾ, ਇਸ ਤਰ੍ਹਾਂ ਹੀ ਕਹਿ ਸਕਦੇ ਮੇਰੇ ਖਿਆਲ ਜਿੰਨਾ ਮੈਨੂੰ ਯਾਦ ਹੈ। ਤੇ ਉਸ ਤੋਂ ਬਾਅਦ ਚ ਫਿਰ ਆਪਾਂ ਇਹਨਾਂ ਦੀ ਜਿਹੜੀ ਫਾਈਲ ਦੀ ਪ੍ਰੋਸੈਸਿੰਗ ਆ ਜਿਹੜੀ ਆ ਉਹ ਸਟਾਰਟ ਕੀਤੀ ਸੀ। ਮੈਰਿਜ ਸਰਮਨੀ ਦੇ ਬਾਰੇ ਕੀ ਹੈ ਨਾ ਸਿਚੁਏਸ਼ਨ ਕਿ ਮੈਰਿਜ ਸਰਮਨੀ ਵਾਸ ਐਕਸੈਪਟਡ ਬਟ ਨਾਟ ਟੇਕਨ ਐਜ਼ ਅ ਪ੍ਰੂਫ ਆਫ ਜੈਨੂਇਨ ਮੈਰਿਜ। ਸਰ ਜਦੋਂ ਆਪਾਂ ਕੈਥ ਨੋਟ ਇਹਨਾਂ ਦੇ ਅਪਲਾਈ ਕੀਤੇ ਸੀ ਨਾ, ਤੇ ਉਹਦੇ ਵਿੱਚ ਇਸ ਤਰ੍ਹਾਂ ਆਇਆ ਸੀ ਕਿ ਮਤਲਬ ਵੀਜ਼ਾ ਆਫਿਸਰ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਆ ਕਿ ਠੀਕ ਹੈ ਤੁਸੀਂ ਸਾਰੀਆਂ ਜਿਹੜੀਆਂ ਸੈਰੇਮਨੀਜ਼ ਆ ਮੈਰਿਜ ਦੀਆਂ ਜਿਵੇਂ ਤੁਹਾਡੇ ਕਲਚਰ ਦੇ ਵਿੱਚ ਹੁੰਦੀਆਂ ਤੁਸੀਂ ਪਰਫਾਰਮ ਕੀਤੀਆਂ ਆ, ਪਰ ਮੈਨੂੰ ਇਹ ਤੁਹਾਡੀ ਮੈਰਿਜ ਠੀਕ ਹੈ ਸਾਰੀਆਂ ਸੈਰੇਮਨੀਜ਼ ਹੋਈਆਂ ਪਰ ਇਹਦੇ ਬਾਵਜੂਦ ਵੀ ਮੈਨੂੰ ਤੁਹਾਡੀ ਮੈਰਿਜ ਜੈਨੂਇਨ ਨਹੀਂ ਲੱਗਦੀ, ਨਾ ਮੈਨੂੰ ਤੁਹਾਡਾ ਰਿਲੇਸ਼ਨ ਜੈਨੂਇਨ ਲੱਗਦਾ, ਇਸ ਕਰਕੇ ਮੈਂ ਤੁਹਾਡਾ ਜਿਹੜਾ ਵੀਜ਼ਾ ਆ ਉਹ ਰਿਫਿਊਜ਼ ਕੀਤਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕੇਸਾਂ ਵਿੱਚ ਲਿਖਿਆ ਹੁੰਦਾ ਕਿ ਬਈ ਕਿਸੇ ਨੇ ਲਵ ਮੈਰਿਜ ਕਰਾਈ ਲੇਕਿਨ ਮੈਰਿਜ ਸੈਰੇਮਨੀ ਪਰਫਾਰਮ ਨਹੀਂ ਹੋਈ। ਅਗਰ ਮੈਰਿਜ ਸੈਰੇਮਨੀ ਹੋਈ ਹੈ ਉਹਦੇ ਵਿੱਚ ਘੱਟ ਲੋਕ ਆਏ ਹੈ ਜਾਂ ਪ੍ਰੋਪਰ ਉਹਦਾ ਇੱਕ ਅੰਦਰ ਰਿਲੀਜੀਅਸ ਪੋਰਸ਼ਨ ਸ਼ੋ ਨਹੀਂ ਹੋ ਰਿਹਾ, ਤੇ ਇਸ ਕੇਸ ਵਿੱਚ ਤੇ ਮੈਰਿਜ ਸੈਰੇਮਨੀ ਦੇ ਬਾਅਦ ਵੀ ਜੈਨੂਇਨਸ ਕਿਉਂ ਨਹੀਂ ਪ੍ਰੂਵ ਹੋਈ? ਸਰ ਉਹਦੇ ਇਹੀ ਨਾ ਮਤਲਬ ਉਹ ਵੀਜ਼ਾ ਆਫਿਸਰ ਦੇਖਦਾ ਹੈ ਕਿ ਇਹਨਾਂ ਨੇ ਮਤਲਬ ਵੀਜ਼ਾ ਆਉਣ ਤੋਂ ਬਾਅਦ ਚ ਜੋ ਮੈਰਿਜ ਵੀ ਹੋਈ ਸਾਰਾ ਕੁਝ ਜੋ ਵੀ ਹੋਇਆ ਉਹ ਵੀਜ਼ਾ ਆਉਣ ਤੋਂ ਬਾਅਦ ਚ ਹੋਇਆ, ਪਹਿਲੋਂ ਕਿਉਂ ਨਹੀਂ ਹੋਇਆ? ਇਹਨਾਂ ਨੇ ਇੱਕ ਟਾਈਮ ਬਹੁਤ ਘੱਟ ਸਪੈਂਡ ਕੀਤਾ, ਤੇ ਜਿਸ ਕਰਕੇ ਉਹਨੂੰ ਲੱਗਾ ਸ਼ਾਇਦ ਕਿ ਮਤਲਬ ਇਹ ਜਿਹੜਾ ਵੀਜ਼ਾ ਜਦ ਇਹਨਾਂ ਨੇ ਸ਼ਾਇਦ ਇਹੀ ਦੇਖਿਆ ਕਿ ਵੀਜ਼ਾ ਆਉਂਦਾ ਹੀ ਹੈ ਤੇ ਫਿਰ ਆਪਾਂ ਮੈਰਿਜ ਕਰਾਵਾਂਗੇ, ਜੋ ਕਿ ਉਹ ਵੀਜ਼ਾ ਆਫਿਸਰ ਦੇ ਮਨ ਦੇ ਵਿੱਚ ਡਾਊਟ ਸੀ। ਦੈਟਸ ਰਾਈਟ, ਗੁੱਡ ਗੁੱਡ। ਸੋ ਇਹਨਾਂ ਦੀ ਐਪਲੀਕੇਸ਼ਨ ਵਿੱਚ ਕਿਹੜੇ-ਕਿਹੜੇ ਜਿਹੜੇ ਜੈਨੂਇਨ ਪ੍ਰੂਫ ਆਫ ਐਵੀਡੈਂਸ ਜਿਹੜੇ ਲੱਗੇ ਹਨ, ਪ੍ਰੂਫ ਕਿਹੜੇ-ਕਿਹੜੇ ਐਕਸਟਰਾ ਲੱਗੇ ਜਿਹੜੇ ਪਹਿਲਾਂ ਨਹੀਂ ਸੀ? ਸਰ ਇਹਨਾਂ ਦੇ ਤੇ ਮੇਰੇ ਖਿਆਲ ਆਪਾਂ ਨੂੰ 1 ਮਹੀਨੇ ਤੋਂ ਉੱਪਰ ਤੇ ਆਪਾਂ ਨੂੰ ਜਿਵੇਂ ਹਰ ਕਲਾਇੰਟ ਦਾ ਇਵੇਂ ਹੀ ਹੁੰਦਾ ਆ ਕਿ 1 ਮਹੀਨੇ ਤੋਂ ਉੱਪਰ ਲੱਗ ਜਾਂਦਾ ਫਾਈਲ ਪੂਰੀ ਪ੍ਰੀਪੇਅਰ ਕਰਨ ਦੇ ਵਿੱਚ, ਤਿਆਰ ਕਰਨ ਦੇ ਵਿੱਚ। ਪਤਾ ਹੀ ਨਹੀਂ ਕਿੰਨੇ ਡਾਕੂਮੈਂਟ ਹੁੰਦੇ, ਫਿਰ ਫਾਈਲ 4 MB ਤੋਂ ਘੱਟ ਚਾਹੀਦੀ, ਫਿਰ ਉਹਨੂੰ ਸਕਰੀਜ਼ ਕਰਵਾਉਣਾ ਪੈਂਦਾ ਸਾਰਾ ਕੁਝ ਕਰਕੇ। ਤੇ ਇਸ ਤੋਂ ਬਾਅਦ ਚ ਇਸ ਤਰ੍ਹਾਂ ਵੀ ਹੋਇਆ ਕਿ ਜਦੋਂ ਆਪਾਂ ਇਹਨਾਂ ਦੀ ਫਾਈਲ ਸਬਮਿਟ ਕਰਤੀ ਸੀ ਤੇ ਉਸ ਤੋਂ ਬਾਅਦ ਚ ਕੈਪਸ ਨੋਟਸ ਜਿਹੜੇ ਥੋੜੇ ਲੇਟ ਆਏ, ਤੇ ਉਹਦੇ ਵਿੱਚ ਜਦੋਂ ਆਪਾਂ ਨੂੰ ਰੀਜ਼ਨ ਪਤਾ ਲੱਗਾ ਤੇ ਫਿਰ ਆਪਾਂ ਉਸੇ ਟਾਈਮ ਹੀ ਜਿਹੜਾ ਮੀਡੀਏਟਰ ਹੀ ਜਿਵੇਂ ਵਿਚੋਲਾ ਕਹਿ ਦਿੰਦੇ ਆਪਾਂ, ਉਹਦੇ ਵੱਲੋਂ ਇੱਕ ਸਟੇਟਮੈਂਟ ਲੈ ਕੇ ਉਹਦੇ ਵੱਲੋਂ ਲਿਖਵਾ ਕੇ ਉਹਦਾ ਸਾਰਾ ਐਡਰੈਸ ਵਗੈਰਾ ਪਾ ਕੇ, ਉਹਦਾ ਫੋਨ ਨੰਬਰ ਪਾ ਕੇ, ਨਾਲ ਉਹਦੇ ਆਈਡੀ ਪ੍ਰੂਫ ਲਗਾ ਕੇ ਕਿ ਜੇ ਅੰਬੈਸੀ ਨੂੰ ਆਪਾਂ ਸੈਂਡ ਕੀਤਾ ਉਸੇ ਟਾਈਮ ਅਪਲੋਡ ਕੀਤਾ ਕਿ ਜੇ ਤੁਹਾਨੂੰ ਹੋਰ ਵੀ ਕੋਈ ਮਤਲਬ ਉਹਨੇ ਆਪਣੇ ਵੱਲੋਂ ਲਿਖਿਆ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੇਰੇ ਤੋਂ ਕੋਈ ਡਿਟੇਲ ਚਾਹੀਦੀ ਆ ਤੇ ਆਹ ਮੇਰਾ ਐਡਰੈਸ ਹੈ, ਆਹ ਮੇਰਾ ਨੰਬਰ ਆ, ਮੇਰਾ ਈਮੇਲ ਆ, ਮੈਂ ਇਹਨਾਂ ਦਾ ਰਿਸ਼ਤਾ ਕਰਵਾਇਆ ਸੀ ਤੇ ਤੁਸੀਂ ਮੈਨੂੰ ਕਾਲ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਮੇਰੇ ਕੋਲੋਂ ਹੋਰ ਵੀ ਇਨਫੋਰਮੇਸ਼ਨ ਜਾਂ ਡਿਟੇਲ ਲੈ ਸਕਦੇ ਹੋ। ਤੇ ਉਸ ਤੋਂ ਮੇਰੇ ਖਿਆਲ 7 ਜਾਂ 10 ਦਿਨ ਬਾਅਦ ਹੀ ਇਹਨਾਂ ਦਾ ਵੀਜ਼ਾ ਆਇਆ। ਦੈਟਸ ਰਾਈਟ, ਦੈਟਸ ਰਾਈਟ। ਦਲਬੀਰ ਤੁਸੀਂ ਆਪਣਾ ਪ੍ਰੋਫੈਸ਼ਨ ਕੀ ਰੱਖਿਆ ਆਪਣਾ? ਵਾਟ ਇਜ਼ ਯਰ ਪ੍ਰੋਫੈਸ਼ਨ? ਮੰਥਲੀ ਇਨਕਮ ਕਿੰਨੀ ਹੈ? ਮੇਰਾ ਸੀਗਾ ਟੇਲਰ ਦਾ ਬਿਜ਼ਨਸ ਸੀਗਾ ਸਾਡਾ ਆਪਣਾ, ਸਾ ਫੈਮਿਲੀ ਬਿਜ਼ਨਸ ਸਾਡਾ ਟੇਲਰਿੰਗ ਬਿਜ਼ਨਸ। ਮੰਥਲੀ ਇਨਕਮ ਸ਼ੋ ਕੀਤੀ ਤੁਸੀਂ ਕਿ ਨਹੀਂ? ਇਹ ਸਾਲਾਨਾ ਇਨਕਮ ਹੀ ਹੈ ਆਈਟੀਆਰ ਵਿੱਚ। ਓਨਰ ਹੀ ਮੈਂ ਸੀਗਾ, ਇਨਕਮ ਕੋਈ ਸ਼ੋ ਨਹੀਂ ਕੀਤੀ ਕਿ ਮੰਥਲੀ ਦੀ ਪੱਕਾ ਨਹੀਂ ਇਨਕਮ ਹੈਗੀ ਆ, ਓਨਰ ਹੀ ਮੈਂ ਆਪਣਾ ਸ਼ੋ ਕੀਤਾ ਹੈਗਾ ਕਿ ਮੈਂ ਹੀ ਓਨਰ, ਮੈਂ ਹੀ ਮਤਲਬ ਕਿ ਦੁਕਾਨ ਕਰਦਾ। ਆਵਾਜ਼ ਕਲੀਅਰ ਨਹੀਂ ਆ ਰਹੀ। ਮੰਥਲੀ ਇਨਕਮ ਕਿੰਨੀ ਸੀ? ਆਮ ਸੌਰੀ ਆਈ ਡਿਡ ਨਾਟ ਗੈਟ ਹਾਊ ਵਾਸ ਵਾਸ ਮੰਥਲੀ ਇਨਕਮ? ਫਿਰ ਕੋਈ ਦਾ ਮੰਥਲੀ ਇਨਕਮ ਤਾਂ ਨਹੀਂ ਸੀਗਾ ਉਹਦੇ ਉੱਤੇ, ਇਹਦਾ ਸੀਗਾ ਕਿ ਮੇਰਾ ਓਨਰ ਹੀ ਮੈਂ ਆ, ਮੈਂ ਹੀ ਮੇਰਾ ਆਪਣਾ ਬਿਜ਼ਨਸ ਆ ਮੇਰਾ, ਤੇ ਜਿਹੜੀ ਆਈਟੀਆਰ ਜਿਹੜੀ ਜਾਂਦੀ ਸੀ ਉਹ ਵੀ ਮੇਰੇ ਨਾਮ ਤੇ ਜਾਂਦੀ ਸੀ ਜਿੱਦਾਂ ਜਿਵੇਂ ਦਾ ਨਾਮ ਵਗੈਰਾ ਸ਼ੌਪ ਦਾ। ਆਈਟੀਆਰ ਵਿੱਚ ਸਾਲਾਨਾ ਇਨਕਮ ਕਿੰਨੀ ਸ਼ੋ ਕੀਤੀ ਹੈ? ਫਿਰ ਉਹਦੇ ਵਿੱਚ ਸੀਗੀ ਪੌਣੇ 4 ਲੱਖ ਰੁਪਏ। ਪੌਣੇ 4 ਲੱਖ ਰੁਪਏ। ਬੈਂਕ ਸਟੇਟਮੈਂਟ ਕਿੰਨੇ ਮਹੀਨੇ ਦੀ ਬੈਂਕ ਸਟੇਟਮੈਂਟ ਲਾਈ ਸੀ ਆਪਾਂ? ਸਰ 6 ਮਹੀਨੇ ਦੀ ਲਾਈ ਸੀ। ਐਵਰੇਜ ਬੈਲੈਂਸ ਕਿੰਨਾ ਨਿਕਲਿਆ? ਸਰ 8 ਲੱਖ ਰੁਪਏ ਦਿਆ ਇਸ ਟਾਈਮ ਜਿੱਦਾਂ ਹੁਣ ਜਿਹੜੀ ਆਪਾਂ ਸਟੇਟਮੈਂਟ ਲਾਈ ਸੀ ਲਾਸਟ ਵਿੱਚ। एक चीज एक्चुअली मैं बड़ा नोट करता है आजकल ਜਿਹੜੇ ਰਿਫਿਊਜ਼ਲ ਵਿੱਚ ਜਿਹੜਾ 201 ਦੀ ਇੱਕ ਸੈਕਸ਼ਨ ਹੁੰਦਾ ਹੈ ਕਲੌਜ਼ ਲਾਉਂਦੇ ਆ ਦੇਖੋ ਕਿ ਨਾ ਤੁਸੀਂ 201 ਦੀ ਹਾਂਜੀ ਹਾਂ 201 ਦੀ ਵਿੱਚ ਮਤਲਬ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਜਿਹਨਾਂ ਕੋਲ ਘੱਟ ਪੈਸੇ ਆ ਜਿਹਨਾਂ ਦੇ ਕੋਲ 2 ਲੱਖ 3 ਲੱਖ 4 ਲੱਖ ਤੋਂ ਤੇਰੇ ਥੋੜੀ ਅਗਰ ਜੇ ਇਨਕਮ ਕਰਦੇ ਤਾਂ 201 ਦੀ ਲੱਗਦਾ ਜੀ ਅਨਲੈਸ ਉਹਨਾਂ ਦੀ ਕੋਈ ਮੰਥਲੀ ਇਨਕਮ ਸੈਲਰੀ ਇਨਕਮ ਲੱਗ ਰਹੀ ਤੇ ਤੁਹਾਡੇ ਫੰਡ ਸ਼ੋਅ ਕੀਤੇ ਸੀ ਕਿੰਨੇ 4 ਲੱਖ 5 ਲੱਖ ਕਿਹੜੇ ਫੰਡ ਮਤਲਬ ਤੁਹਾਡੇ ਜਿਹੜੇ ਫੰਡਸ ਜਿਹੜੇ ਬੈਂਕ ਸਟੇਟਮੈਂਟ ਫੰਡਸ ਕਿੰਨੇ ਸ਼ੋ ਹੋਏ 6 ਲੱਖ 8 ਲੱਖ ਸਰ 8 ਲੱਖ 8 ਲੱਖ ਸੀ ਆਇਆ ਦੈਟਸ ਕੁਆਇਟ ਹਾਈ okay okay that's good so that's getting a little close to the magic formula ke ਪੈਸੇ ਜ਼ਿਆਦਾ ਸ਼ੋ ਹੋਣੇ ਚਾਹੀਦੇ ਆ ਐਕਚੁਅਲੀ ਮੈਨੂੰ ਕਿਸੇ ਹੋਰ ਨੇ ਵੀ ਕਿਹਾ ਸੀ ਕਿ ਇੱਕ ਹੋਰ 2-3 ਰਿਫਿਊਜ਼ਲ ਉਹਨਾਂ ਨੇ ਕਿਹਾ ਸੀ ਵੀ ਅਗਲੇ ਨੇ 10 ਲੱਖ ਪਵਾਏ ਤੇ 10 ਲੱਖ ਵਿੱਚ ਉਹਨਾਂ ਦਾ 201 ਵੀ ਜਿਹੜਾ ਕੱਟ ਕੇ ਫਿਰ ਉਹਨਾਂ ਨੂੰ ਵੀਜ਼ਾ ਮਿਲ ਗਿਆ which is of course astonishing ਕਿ ਪੈਸੇ ਜ਼ਿਆਦਾ ਦਿਖਾ ਕੇ ਮੈਂ ਇਹ ਸ਼ੋ ਕਿ ਵੀ ਯੂ ਆਰ ਐਸਟੈਬਲਿਸ਼ ਇਨ ਇੰਡੀਆ which is ਕਿਉਂਕਿ ਇੱਥੇ ਤਾਂ ਐਕਚੁਅਲੀ ਕੋਈ ਵੀ ਪੈਸੇ ਕਿਸੇ ਤੋਂ ਪਵਾ ਕੇ ਕਰ ਸਕਦਾ ਕਿ ਵੀ ਪੈਸੇ ਬੂਸਟ ਅਪ ਹੋ ਗਏ ਫੰਡਸ ਲੇਕਿਨ is it reliable or not ਕਈ ਲੋਕਾਂ ਨੂੰ ਇਦਾਂ ਵੀ ਰਿਫਿਊਜ਼ਲ ਆਈ ਹੈ ਕਿ ਵੀ ਰੀਸੈਂਟ ਡਿਪੋਜ਼ਿਟ ਤੁਹਾਡੇ ਆਏ ਪਹਿਲਾਂ ਤੁਹਾਡੇ ਕੋਲ ਪੈਸੇ ਨਹੀਂ ਸੀ so anyway that's fine so congratulations to you actually on ਤੁਹਾਡਾ ਵੀਜ਼ਾ ਲੱਗ ਗਿਆ ਤੁਹਾਨੂੰ ਉਹ ਚਿੱਠੀ ਮਿਲ ਗਈ ਸ਼ਾਇਦ ਹੈ ਮੇਰੀ ਚਿੱਠੀ ਮਿਲ ਗਈ ਹਾਂਜੀ ਸਰ ਹਾਂਜੀ ਕੱਲ ਤੁਹਾਡੀ ਮੇਲ ਆ ਗਈ ਸੀ ਮੈਨੂੰ ਅੱਜ ਮੈਂ ਜਾਣਾ ਆ ਵੀਜ਼ਾ ਆਫਿਸ ਉੱਤੇ ਜਲੰਧਰ ਪੀਸ ਸਾਹਿਬ ਜਾ ਕੇ ਉੱਥੇ ਜਮ੍ਹਾਂ ਕਰਾਓ ਤੇ ਮੇਰੇ ਖਿਆਲ 3-4 ਦਿਨ ਤੱਕ ਸ਼ਾਇਦ ਯੂ نو ਆਫ ਕੋਰਸ ਤੁਹਾਡੀ ਸਟੈਂਪਿੰਗ ਹੋ ਜਾਏਗੀ ਹਾਂਜੀ Toronto ਦੀ ਟਿਕਟ ਤੁਸੀਂ ਲੈ ਸਕਦੇ ਹੋ ਤੇ I look forward to have you come to Toronto ਤੇ ਮੈਂ ਉਹ ਇਮੇਜਿਨ ਹੀ ਕਰ ਸਕਦਾ ਕਿ ਤੁਸੀਂ ਜਦ ਆਪਣੀ ਵਾਈਫ ਨੂੰ ਪਹਿਲੀ ਵਾਰ ਮਿਲੋਗੇ ਜਾਂ ਵਾਈਫ ਹਸਬੈਂਡ ਨੂੰ ਮਿਲੇਗੀ ਸੋ ਵਾਟ ਕੁਡ ਬੀ ਦ ਰਿਐਕਸ਼ਨ ਦੇ ਕੀ ਹੋਏਗਾ ਬਾਕੀ ਸੁਖਮਨ ਨਾਲ ਜੁੜੇ ਹੋਏ ਆ ਕ੍ਰੈਡਿਟ ਇਹਨਾਂ ਦਾ ਇਹ ਮਿਹਨਤ ਬਹੁਤ ਕਰਦੇ ਆ ਹਰ ਇੱਕ ਫਾਈਲ ਦੇ ਵਿੱਚ ਕਾਫੀ ਇਨਵੈਸਟੀਗੇਸ਼ਨ ਹਾਂਜੀ ਬਿਲਕੁਲ ਕਾਫੀ ਇਨਵੈਸਟੀਗੇਸ਼ਨ ਕਰਦੇ ਆ ਉਹ ਤੇ ਕਾਫੀ ਇਹ ਆਪ ਹੀ ਮਤਲਬ ਇਸ ਪ੍ਰੋਸੈਸ ਤੋਂ ਗੁਜ਼ਰ ਚੁੱਕੇ ਆ ਤੇ ਇਹਨਾਂ ਨੂੰ ਪਤਾ ਹੈ ਕੀ ਹੁੰਦਾ ਹਾਂਜੀ ਹੋਰ ਕੋਈ ਤੁਹਾਡੀ ਵਾਈਫ ਚੁੱਪ ਹੈ ਮੇਰੇ ਖਿਆਲ ਉਹ ਆਵਾਜ਼ ਉਹਨਾਂ ਦੀ ਬਿਲਕੁਲ ਮੇਰੇ ਖਿਆਲ ਥੋੜੇ ਨੀਪ ਚ ਲੱਗਦੇ ਜੀ ਸਰ ਥੈਂਕ ਯੂ ਕਰਨਾ ਚਾਹੂੰਗੀ ਮੈਂ ਤੁਹਾਡਾ ਵੀ ਸੁਖਮਨ ਸਰ ਦਾ ਵੀ ਬਹੁਤ ਸਪੋਰਟ ਕੀਤਾ ਉਹਨਾਂ ਨੇ ਮੈਂ ਐਕਚੁਅਲੀ ਤੁਹਾਨੂੰ ਤੇ ਸਾਰੇ ਜਿਹੜੇ ਲੋਕ ਇਸ ਚੀਜ਼ ਨੂੰ ਦੇਖ ਰਹੇ ਆ ਇੱਕ ਜ਼ਰੂਰ ਮੈਂ ਕਹਿਣਾ ਚਾਹੂੰਗਾ ਕਿ ਸਾਡੀ ਫੀਸ ਤੇ ਜ਼ਿਆਦਾ ਹੈ ਲੇਕਿਨ ਇੱਕ ਕਲਾਇੰਟ ਦਾ ਇੱਕ ਮੇਰਾ ਤੇ ਮੇਰੀ ਟੀਮ ਦਾ ਜਿਹੜੇ ਕਲਾਇੰਟ ਦਾ ਇੱਕ ਰਿਸ਼ਤਾ ਹੈ ਨਾ ਉਹ ਇਸ ਪੈਸੇ ਤੋਂ ਵੱਧ ਹੈ ਐਕਚੁਅਲੀ ਅਗਰ ਜੇ ਵੀਜ਼ਾ ਰਿਫਿਊਜ਼ ਹੁੰਦਾ ਦੇਰ ਇਜ਼ ਨੋ ਗਾਰੰਟੀ ਕਿ ਤੁਹਾਡਾ ਵੀਜ਼ਾ ਹੁਣ ਲੱਗਦਾ ਅਗਰ ਜੇ ਬਾਈ ਚਾਂਸ ਅਗਰ ਵੀਜ਼ਾ ਰਿਫਿਊਜ਼ ਹੁੰਦਾ ਤੇ ਫਿਰ ਦੁਬਾਰਾ ਕਰਨਾ ਸੀ ਅਸੀਂ ਜੇ ਦੁਬਾਰਾ ਨਹੀਂ ਲੱਗਦਾ ਫਿਰ ਦੁਬਾਰਾ ਕਰਨਾ ਸੀ ਮਤਲਬ 2-3 ਵਾਰ ਅਸੀਂ ਕੰਟੀਨਿਊ ਕਰਨਾ ਸੀ ਸੋ ਕਈ ਵਾਰ ਮੈਂ ਦੇਖਦਾ ਪੰਜਾਬ ਚ ਵੀ ਨਾ ਸਸਤੇ ਚ ਲੋਕ ਕੋਈ 25,000 ਚ ਫਾਈਲ ਲਾ ਰਿਹਾ ਕੋਈ 50,000 ਚ ਲਾ ਰਿਹਾ ਲੇਕਿਨ ਉਹ ਇੱਕ ਵਾਰ ਰਿਫਿਊਜ਼ਲ ਬਾਅਦ ਛੱਡ ਦਿੰਦੇ ਆ ਫਿਰ ਉਹ ਕੁਝ ਨਹੀਂ ਕਰਦੇ ਸੋ I know I'm charging more, but because I'm charging from the Canadian point of view, but जब ज़्यादा कम हो जाएगा, जब कम होता है, you forget about the fees. बाकी मतलब के साड़ी जड़ी customer service में कोई कमी नहीं है. We are talking to you 24/7. ते साड़ी कुल होट सारा system supporting system है, जिस तरीके नाल उस application में मुकम्मल कर सकते हैं. बाकी कोई सवाल अगर पूछे मेरे तो सुखमन तो पूछ सकते हो सही. ਨੋ ਸਰ ਸਵਾਲ ਦਾ ਬਸ ਥੈਂਕ ਯੂ ਤੁਹਾਡਾ ਸਰ ਬਹੁਤ ਜਿਹੜਾ ਤੁਸੀਂ ਇੰਨੀ ਜ਼ਿੰਮੇਵਾਰੀ ਨਾਲ ਸਾਡਾ ਕੰਮ ਕੀਤਾ ਤੇ ਕਿਉਂਕਿ ਪੈਸੇ ਲੈਣਾ ਹੀ ਨਹੀਂ ਇੰਨੀ ਗੱਲ ਹੁੰਦੀ ਸਰ ਕੱਲ ਮੈਂ ਸੁਖਨ ਭਾਈ ਨਾਲ ਗੱਲ ਕਰਦਾ ਸੀਗਾ ਸਰ ਕਹਿੰਦੇ ਥੈਂਕ ਯੂ ਦੀ ਚਲੋ ਕੋਈ ਨਹੀਂ ਜੇ ਤੁਸੀਂ ਪੈਸੇ ਲਏ ਤੁਹਾਡੇ ਕੋਲ ਫੀਸ ਲਈ ਆ ਥੈਂਕ ਯੂ ਦਾ ਲੋੜ ਨਹੀਂ ਕਹਿਣ ਦਾ ਕੋਈ ਇੱਦਾਂ ਤੇ ਪਰ ਪੈਸੇ ਲੈ ਕੇ ਵੀ ਕੰਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਕਰਨਾ ਜਿੱਦਾਂ ਨਾ ਜਦੋਂ ਮਰਜ਼ੀ ਮੈਂ ਸਰ ਨੂੰ ਕਾਲ ਕੀਤੀ ਆ ਸੁਖਨ ਭਾਜੀ ਨੂੰ ਸਰ ਨੇ ਜਵਾਬ ਦਿੱਤਾ ਗੱਲ ਦਾ ਹਨਾ ਕਾਲ ਦਾ ਐਕਸੈਪਟ ਕੀਤੀ ਕਾਲ ਮੈਂ ਰਾਤ ਨੂੰ 2-2 ਵਜੇ ਵੀ ਕਾਲ ਕਰਦੇ ਆਈ ਆ ਯਾ ਹੀ ਇਜ਼ ਅ ਗ੍ਰੇਟ ਗਾਈ ਤੁਸੀਂ ਕੈਨੇਡਾ ਆਓਗੇ ਤਾਂ ਕਹਿੰਗੇ ਹੀ ਇਜ਼ ਅ ਗ੍ਰੇਟ ਗਾਈ ਐਂਡ ਹੀ ਵਰਕਸ ਅ ਲਾਟ ਐਂਡ ਯੂ نو he's a real professional he's a real professional in this field and I have great expectations from him in the future so I think things will work out good ਬਾਕੀ ਚਲੋ ਮੈਂ ਇਹਨਾਂ ਨੂੰ ਮੇਰੇ ਕਹਿਣ ਦਾ ਮਤਲਬ ਇਹਨਾਂ ਹੀ ਸੀ ਵੀ ਜਦੋਂ ਆਪਾਂ ਕਿਸੇ ਦੇ ਕੋਲੋਂ ਕਿਸੇ ਕੰਮ ਦੀ ਆਪਾਂ ਕੀਮਤ ਲੈ ਲੈਨੇ ਆ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਆਪਾਂ ਅਗਲੇ ਦਾ ਜਿਹੜਾ ਥੈਂਕ ਯੂ ਆ ਉਹ ਡਿਜ਼ਰਵ ਕਰਦੇ ਆ ਕਿਉਂਕਿ ਆਪਾਂ ਆਪਣੇ ਕੰਮ ਦੀ ਉਹਨਾਂ ਦੇ ਕੋਲੋਂ ਕੀਮਤ ਲੈ ਲਈ। ਪਰ ਉੱਥੇ ਆਪਣਾ ਫਰਜ਼ ਇਹ ਬਣਦਾ ਆ ਕਿ ਉਹ ਜਿੰਨੇ ਆਪਾਂ ਉਹਨਾਂ ਕੋਲ ਪੈਸੇ ਲਏ ਆ ਉਹਨਾਂ ਨੂੰ ਵੀ ਇਹ ਫੀਲ ਹੋਵੇ ਕਿ ਜਿੰਨੇ ਅਸੀਂ ਪੈਸੇ ਦਿੱਤੇ ਆ ਉਹਦੀ ਕੀਮਤ ਸਾਨੂੰ ਮਿਲ ਗਈ ਆ, ਠੀਕ ਹੈ ਨਾ। ਇਸ ਤਰ੍ਹਾਂ ਨਾ ਹੋਵੇ ਕਿ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ। ਆਪਾਂ ਦੇ ਸਰ ਕਲੀਅਰ ਕੱਟ ਤੁਸੀਂ ਵੀ ਮੈਂ ਵੀ ਇਹੀ ਗੱਲ ਕਰਦੇ, ਹੁਣ ਕਈ ਕਲਾਇੰਟਸ ਆਉਂਦੇ ਆ ਉਹ ਟਰਸਟ ਕਰਨਾ ਬੜੀ ਵੱਡੀ ਗੱਲ ਹੁੰਦੀ ਆ। ਇਹਨਾਂ ਦਾ ਆਪਾਂ ਨੂੰ ਮੈਂ ਇਹਨਾਂ ਨੂੰ ਥੈਂਕ ਯੂ ਕਰਦਾ ਕਿਉਂਕਿ ਇਹਨਾਂ ਨੇ ਟਰਸਟ ਕੀਤਾ ਆਪਣੇ ਤੇ, ਠੀਕ ਹੈ। ਸਾਰਾ ਕੁਛ ਜਿਸ ਤਰ੍ਹਾਂ ਆਪਾਂ ਕਿਹਾ ਉਸ ਤਰ੍ਹਾਂ ਜਿੰਨੀ ਫੀਸ ਸੀ ਉਨੀ ਇਹਨਾਂ ਨੇ ਦਿੱਤੀ, ਪਹਿਲਾਂ ਦਿੱਤੀ, ਸਾਰਾ ਕੁਛ। ਇੱਕ ਟਰਸਟ ਕਰਨਾ ਵੀ ਬੜੀ, ਹੁਣ ਕਿੰਨੇ ਕਲਾਇੰਟਸ ਦੇ ਕੋਲ ਆਉਂਦੇ ਆ ਕੋਈ ਜ਼ਿਆਦਾਤਰ ਜਿਹੜੇ ਆ ਉਹ ਨਹੀਂ ਟਰਸਟ ਕਰਦੇ। ਕਈ ਕਲਾਇੰਟ ਹੁੰਦੇ ਉਹਨਾਂ ਦੀ ਆਪਾਂ ਪ੍ਰੋਫਾਈਲ ਵੇਖ ਕੇ ਉਹਨਾਂ ਨੂੰ ਦੱਸ ਦਿੰਦੇ ਆ ਕਿ ਹੋ ਸਕਦਾ ਤੁਹਾਡੀ ਰਿਫਿਊਜ਼ਲ ਲੱਗ ਜਾਵੇ ਇੱਕ ਵਾਰ, ਠੀਕ ਹੈ। ਇੱਕ ਅਗਲੇ ਨੂੰ ਦੱਸ ਦੇਣਾ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ। ਤੇ ਉਹ ਚਾਹੁੰਦੇ ਆ, ਕੁਝ ਕਲਾਇੰਟ ਇਹ ਚਾਹੁੰਦੇ ਆ ਕਿ ਸਾਨੂੰ ਸਿਰਫ ਭਰੋਸਾ ਮਿਲੇ ਕਿ ਹਾਂ ਤੁਹਾਡਾ 100% ਵੀਜ਼ਾ ਲੱਗ ਹੀ ਜਾਣਾ। ਇਸ ਤਰ੍ਹਾਂ ਹੁੰਦਾ ਹੀ ਨਹੀਂ ਆ, ਠੀਕ ਹੈ। ਵੀਜ਼ਾ ਤੇ ਦੇਣਾ ਵੀਜ਼ਾ ਆਫਿਸਰ ਨੇ। ਤੇ ਕਈ ਕਲਾਇੰਟਸ ਇਹ ਸੁਣਨਾ ਚਾਹੁੰਦੇ ਆ ਕਿ ਤੁਸੀਂ ਸਾਨੂੰ ਇਹ ਗਰੰਟੀ ਦਿਓ ਕਿ ਤੁਹਾਡਾ 100% ਜਿਹੜਾ ਵੀਜ਼ਾ ਉਹ ਲੱਗ ਜਾਊਗਾ। ਆਪਾਂ ਕਦੀ ਵੀ ਇਸ ਚੀਜ਼ ਦੀ, ਕਿਉਂਕਿ ਸਾਨੂੰ ਕਈ ਵਾਰ ਫਾਈਲ ਦੇ ਵਿੱਚ ਲੱਗਦਾ ਹੁੰਦਾ ਕਿ ਠੀਕ ਹੈ ਜੀ ਇਹਦੇ ਵਿੱਚ ਇੱਕ ਦੋ ਰਿਫਿਊਜ਼ਲ ਆ ਸਕਦੀਆਂ ਕਿਉਂਕਿ ਕੇਸ ਬਹੁਤ ਵੀਕ ਹੈ। ਸੋ ਇਹਨਾਂ ਦਾ ਵੀ ਮੈਂ ਥੈਂਕ ਯੂ ਸਗੋਂ ਇਹਨਾਂ ਦਾ ਕਰਨਾ ਚਾਹੂੰਗਾ ਜਿਨ੍ਹਾਂ ਨੇ ਆਪਣੇ ਤੇ ਇੰਨਾ ਟਰਸਟ ਕੀਤਾ। ਅਸੀਂ ਤੇ ਆਪਣੇ ਕੰਮ ਦੀ ਕੀਮਤ ਲੈ ਹੀ ਲਈ ਇਹਨਾਂ ਦੇ ਕੋਲੋਂ। That's right. Actually, ਇਹ ਜਿਹੜੀ ਗੱਲ ਕੀਤੀ ਨਾ ਨੇ 16 ਨੇ ਸਹੀ ਹੈ, ਕਿਉਂਕਿ ਜਦ ਵੀ ਕਲਾਇੰਟ ਮੇਰੇ ਕੋਲ ਆਏਗਾ ਭਾਵੇਂ ਉਹ ਸਪਾਊਸ ਵੀਜ਼ਾ ਹੈ ਜਾਂ ਪੀਆਰ ਲਈ ਹੈ ਜਾਂ ਹੋਰ ਵਿਜ਼ਟਰ ਵੀਜ਼ਾ, ਅਗਰ ਕਲਾਇੰਟ ਮੇਰੇ ਤੇ ਟਰਸਟ ਨਹੀਂ ਕਰਦਾ ਫਿਰ ਮੈਂ ਭਾਵੇਂ ਉਹ ਜਿੰਨੇ ਮਰਜ਼ੀ ਪੈਸੇ ਦੇ ਮੈਂ ਕੇਸ ਕਦੀ ਲਿਆ ਨਹੀਂ ਉਹਦਾ। ਹਾਂਜੀ, ਅਗਰ ਕਈ ਕੇਸ ਮੈਂ ਫ੍ਰੀ ਵੀ ਕੀਤੇ ਹੋਏ ਆ। ਕਿਉਂ? ਕਿਉਂਕਿ ਉਹਨਾਂ ਨੇ ਆ ਕੇ ਮੇਰੇ ਸਾਹਮਣੇ ਆ ਕੇ ਟਰਸਟ ਕੀਤਾ। ਉਹਨਾਂ ਨੂੰ ਫੀਲ ਹੋਇਆ ਕਿ ਜੋ ਮੈਂ ਉਹਨਾਂ ਦੇ ਲਈ ਕਰਾਂਗਾ ਉਹ ਸਹੀ ਕਰਾਂਗਾ, ਭਾਵੇਂ ਰਿਫਿਊਜ਼ ਹੋ ਜਾਏ ਜਾਂ ਅਪਰੂਵ ਹੋ ਜਾਏ। ਸੋ ਟਰਸਟ ਇਜ਼ ਵੈਰੀ ਇੰਪੋਰਟੈਂਟ। ਅਗਰ ਟਰਸਟ ਹੈ ਤਾਂ ਫਿਰ ਮੈਂ ਕੇਸ ਲਾਂਗਾ, ਅਗਰ ਟਰਸਟ ਨਹੀਂ ਹੈ ਤਾਂ ਫਿਰ ਮੈਂ ਕੇਸ ਕਦੇ ਲਿਆ ਨਹੀਂ, ਨਾ ਕਦੇ ਲੈਣਾ। ਸੋ ਆਈ ਅਪਰੀਸ਼ੀਏਟ ਟਰਸਟ ਤੁਹਾਨੂੰ। So thank you very much. Thanks very much for your time. Okay, thank you, sir. I look forward to seeing you sometime in Canada, maybe in Toronto, or if you come to Edmonton, then you are most welcome to visit my house. Thank you, sir. Thank you. Bye. Sat Shri Akal. Sat Shri Akal.